ਸਾਰੇ ਦਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਹੋਰ ਫਿਤਨਸ ਆ ਗਿਆ ਹੈ ਅ ਬਰੋਸਾ ਭੜਾ ਪਏ ਚੱਲ ਜੀਏ ਭਾਰਤਵਾਰ ਨੂੰ ਪੰਜਾਬ ਦੀ ਗੱਲ ਕਰੀਏ ਤਾਂ ਭਗਵਾਨਤਮਾਨ ਨੂੰ ਪੰਜਾਬ ਦਾ ਆਪ ਪ੍ਰਧਾਨ ਬਣਾ ਦਿੱਤਾ ਗਿਆ ਉਧਰ ਦਿੱਲੀ ਚੋਂ ਕੇਜਰੀਵਾਲ ਸਰਕਾਰ ਚੋਂ ਕੱਢਿਆ ਕਪਲ ਮਿਸ਼ਰਾ ਉਹ ਹੁਣ ਕੇਜਰੀਵਾਲ ਤੇ ਦੋਸ਼ ਲਾ ਰਿਹਾ ਕਰੋਨਾ ਰੁਪਏ ਦੇ ਕਪਲਿਆਂ ਦੇ ਇਹ ਸਾਰੇ ਹਾਲਾਤਾਂ ਵਿੱਚ ਆਪ ਦਾ ਭਵਿੱਖ ਕਿ ਹੋ ਜਾਂਦਾ ਨਿਸਰਿਆ ਦੇਖੋ ਪਹਿਲਾਂ ਤੇ ਅਸੀਂ ਕਰੀਏ ਕੇਜਰੀਵਾਲ ਦੇ ਉੱਤੇ ਕਪਲ ਮਿਸ਼ਰਾ ਦੇ ਇਸ ਬੰਦਿਆਂ ਦੀ ਠੀਕ ਇਹ ਕੱਕੇ 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 ਆਪੋ ਜਿਹੀ ਵੱਡੀ ਲੜਾਈ ਹੈ ਕੇਜਰੀਵਾਲ कुमार विश्वास जी कपल मिश्रा वो ਕਹਿੰਦੇ ਜਿੱਥੇ ਰਾਸ਼ੀ ਰਲ ਜਾਵੇ ਨਾ ਖਤਰਨਾਕ ਹੁੰਦੀ ਹੈ ਜੀ ਰਾਵਣ ਨੂੰ ਰਾਮ ਨੇ ਮਾਰਿਆ ਸੀ ਗਾਂਧੀ ਨੂੰ ਘੋਟਸੇ ਨੇ ਮਾਰਿਆ ਸੀ ਕਾਂਸਨ ਨੂੰ ਕ੍ਰਿਸ਼ਨ ਨੇ ਮਾਰਿਆ ਸੀ ਜੀ ਇੱਥੇ ਵੀ ਇਹ ਕੱਕਿਆਂ ਦੀ ਲੜਾਈ ਬੜੀ ਦੂਰ ਤੱਕ ਤੁਰੀ ਜਾਂਦੀ ਹੈ ਪਹਿਲਾਂ ਤਾਂ ਕਸ਼ਮੀਰ ਕੁਮਾਰ ਵਿਸ਼ਵਾਸ ਨਾਲ ਲੜ ਪਿਆ ਜੀ ਉਹਨੂੰ ਮਸਾਂ ਕੇਜਰੀਵਾਲ ਬਣਾ ਕੇ ਲਿਆ ਉਹਦੇ ਪੱਖ ਦੇ ਵਿੱਚ ਇਹ कपल मिश्रा ਸੀ ਜੀ কুমার বিশ্বাস ਨੇ ਆਖਿਆ ਜੀ ਮੇਰੇ ਖਿਲਾਫ ਬਿਆਨ ਦਿੱਤੇ ਮਾਨੁਲਾ ਖਾਨ ਨੇ ਉਹਨੂੰ ਬਾਹਰ ਮਾਨੁਲਾ ਖਾਨ ਨੂੰ ਸਸਪੈਂਡ ਕਰਤਾ ਫਿਰ ਇਹਨੂੰ ਆਖਿਆ ਭਾਈ ਤੂੰ ਜੀਬਾਨ ਬੰਦ ਕਰਨੀ ਕਿ ਨਹੀਂ ਕਰਨੀ ਜੀ ਕੰਮ ਇਹ ਕਰਦਾ ਕੋਈ ਨਹੀਂ কুমার ਵਿਸ਼ਵਾਸ ਦਾ ਬੰਦਾ ਹੁਣ ਕਰਕੇ ਮੰਤਰੀ ਰੱਖਿਆ ਸੀ ਇਹ ਗੋਪੁੱਠਾ ਬੋਲਿਆ ਸ਼ਿਕਾਇਤਾਂ ਦੇ ਖਿਲਾਫ ਬਹੁਤ ਸੀ ਉਹਨਾਂ ਨੇ ਪਾਰਟੀ ਚੋਂ ਕੱਢ ਉਹਨਾਂ ਸਸਪੈਂਡ ਕਰਤਾ ਮੰਤਰੀ ਮੰਡਲ ਚੋਂ ਕੱਢਿਆ ਜੀ ਇੱਕ ਪੰਜਾਬੀ ਦਾ ਮਹਾਵਾਰ ਹੈ ਹਰਖ ਦਾ ਮਾਰਿਆ ਨਰਕ ਨੂੰ ਜਾਵੇ ਕਿ ਜੇ ਮੈਨੂੰ 60 ਵਜੇ ਆ ਤੇ 60 ਮਾਰਨ ਵਾਲੇ ਵੀ ਕਾਨੂੰ ਰਹਿਣ ਦੇਣੇ ਇਹ ਫਿਰ ਖੇਡਣਾ ਨਾ ਖੇਡਣ ਦੀ ਨੀਤੀ ਤੇ ਆ ਗਿਆ ਤੇ ਇਹਨੇ ਬਾਹਰ ਜਾ ਕੇ ਇਹ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਕੇਜਰੀਵਾਲ ਤਾਂ ਬਹੁਤ ਭ੍ਰਿਸ਼ਟਾਚਾਰ ਕਰ ਰਿਆ ਇੱਕ ਫਲਾਨਾ ਮੰਤਰੀ ਆ ਉਹਦੇ ਤੋਂ ਇਹਨੇ 2 ਕਰੋੜ ਰੁਪਏ ਲੈ ਸੀ ਜੀ ਤੇ ਮੇਰੀਆਂ ਅੱਖਾਂ ਸਾਹਮਣੇ ਲੈ ਸੀ ਮੈਂ ਇਹਨੂੰ ਬਾਅਦ ਚ ਪੁੱਛਿਆ ਸੀ ਇਹ ਕਹਦੇ ਆ ਤਾਂ ਕਹਿੰਦਾ ਪਾਰਟੀਆਂ ਚ ਚਲਾਉਣ ਵਾਸਤੇ ਇਹੋ ਕੋ ਚੱਲਦਾ ਇਹ ਗੱਲ ਕਦੋਂ ਦੀ ਆ ਆ ਹੁਣ ਕੱਲ ਪਰਸੋ ਚੌਥੀ ਵਾਪਰੇ ਜੀ ਇਹ ਤਾਂ ਪਿਛਲੇ ਸਾਲ ਦੀ ਗੱਲ ਉਹ ਕਹਿੰਦੇ ਆ ਤੇ ਜੇ ਪਿਛਲੇ ਸਾਲ ਦੀ ਗੱਲ ਹੈ ਭ੍ਰਿਸ਼ਟਾਚਾਰ ਦੀ ਐਡੀ ਵੱਡੀ ਘਟਨਾ ਦੀ ਅੱਖਾਂ ਸਾਹਮਣੇ ਹੋਈ ਸੀ ਜੀ ਤੇ ਇਹਦੀ ਜ਼ਬਾਨ ਹੁਣ ਤੱਕ ਕਿਉਂ ਬੰਦ ਰਹੀ ਇਹਨੇ ਦੰਦੜ ਕਿਉਂ ਪਈ ਰਹਿਣ ਦਿੱਤੀ ਹੁਣ ਤੱਕ ਇਹਨੇ ਮੂੰਹ ਕਿਉਂ ਨਾ ਖੋਲਿਆ ਇਹ ਹੁਣ ਤੱਕ ਆਪ ਉਸ ਭ੍ਰਿਸ਼ਟਾਚਾਰ ਵਾਲੀ ਟੀਮ ਚ ਸ਼ਾਮਿਲ ਕਿਉਂ ਰਿਹਾ ਜੀ ਜਿੱਤਾ ਨੂੰ ਟੀਮ ਚ ਸ਼ਾਮਿਲ ਰੱਖਣ ਮੰਤਰੀ ਬਣਾਈ ਛੱਡਣ ਚੌਹਰ ਹੈ ਫਿਰ ਤਾਂ ਕੇਜਰੀਵਾਲ ਨਾਲ ਦਾ ਚੰਗਾ ਬੰਦਾ ਕੋਈ ਨਹੀਂ ਜੀ ਤੇ ਜੇ ਇਹਨੂੰ ਕੱਢ ਦਿੱਤਾ ਤੇ ਕਹਿੰਦਾ ਕੇਜਰੀਵਾਲ ਨਾਲ ਦਾ ਮਾੜਾ ਬੰਦਾ ਕੋਈ ਨਹੀਂ ਉਨੇ ਜਿਹੜੀ ਕੁਕੜਖੇ ਖਲਾਰਨ ਤੁਰ ਪਿਆ ਉਹ ਤੇ ਠੀਕ ਆ ਚਾਰ ਬੰਦੇ ਕੇਜਰੀਵਾਲ ਨੂੰ ਬੁਰਾ ਕਹਿਣਗੇ ਚੌਤੀ ਇਹਨੂੰ ਵੀ ਕਹਿਣਗੇ ਜੀ ਕਿ ਇਹ ਕਿਹੜਾ ਚੰਗਿਆਂ ਚੋਂ ਚੰਗਾ ਜਿਹੜਾ ਉਦੋਂ ਤੱਕ ਉੱਥੇ ਬੈਠਾ ਰਿਹਾ ਤੇ ਹੁਣ ਵੀ ਅਖੀਰਲੇ ਵਕਤ ਤੱਕ ਉਹਨੇ ਜਦੋਂ ਮੰਤਰੀ ਮੰਡਲ 'ਚੋਂ ਕੱਢਿਆ ਗਿਆ ਉਦੋਂ ਵੀ ਆਖਿਆ ਜੇ ਕੱਲ ਤੱਕ ਪਾਰਟੀ ਨੇ ਮੇਰੇ ਨਾਲ ਗੱਲ ਨਾ ਕੀਤੀ ਤੇ ਫਿਰ ਮੈਂ ਅੰਦਰ ਦੀਆਂ ਗੱਲਾਂ ਬਾਹਰ ਦੱਸੂਗਾ ਜੀ ਇਹ ਕਹਿਣ ਦਾ ਮਤਲਬ ਸੀ ਕਿ ਜਾਂ ਰਾਤੋਂ ਰਾਤ ਜਿੱਦਾਂ ਕੁਮਾਰ ਵਿਸ਼ਵਾਸ ਨੂੰ ਮਨਾਉਣਗੇ ਉਦੋਂ ਘਰ ਗਏ ਸੀ ਜੀ ਜਾਂ ਤਾਂ ਮੈਨੂੰ ਆ ਕੇ ਮਨਾ ਲਓ ਜਾਂ ਫਿਰ ਮੈਂ ਖੇਰ ਡਾਊਂਗਾ ਜੀ ਚੰਗਾ ਕੀਤਾ ਕਿ ਕੇਜਰੀਵਾਲ ਵਗੈਰਾ ਨੂੰ ਮਨਾਉਣ ਵਾਸਤੇ ਨਹੀਂ ਗਏ ਤੁਰ ਤੁਰ ਜਾਂਦਾ ਕਿ ਪਾਰਟੀ ਉਹਨਾਂ ਦੀ ਉਹਨਾਂ ਨੇ ਕਿੱਦਾਂ ਚਲਾਉਣੀ ਹੈ ਜੀ ਕੁਮਾਰ ਵਿਸ਼ਵਾਸ ਜਿਹੜਾ ਕਪਲ ਮਿਸ਼ਰਾ ਇਹ ਸਮਝਦਾ ਸੀ ਕੁਮਾਰ ਵਿਸ਼ਵਾਸ ਮੇਰਾ ਪੈਟਰਨ ਹੈ ਮੇਰਾ ਸਰਪ੍ਰਸਤ ਹੈ ਉਹਨੇ ਕੁਮਾਰ ਵਿਸ਼ਵਾਸ ਨੇ ਵੀ ਅੱਖਰ ਜੀ ਹੋਰ ਕੋਈ ਵੀ ਦੋਸ਼ ਲਾਇਆ ਜਾ ਸਕਦਾ ਕੇਜਰੀਵਾਲ ਤੇ ਕ腐ਸ਼ਨ ਦਾ ਦੋਸ਼ ਲਾਇਆ ਜਾ ਸਕਦਾ ਪਰ ਕੁਝ ਕਾਲੇ ਬੰਦੇ ਆ ਜਦੋਂ ਮੈਂ ਪੂਨੇ ਦੇ ਡਾਗੇ ਰਾਲੇਗਨ ਸਿੱਧੀ ਪਿੰਡ ਦੇ ਵਿੱਚ ਅੰਨਾ ਹਜ਼ਾਰ ਨੇ ਮਿਲਿਆ ਸੀ ਜੀ ਤੋ ਸਾਡੇ ਗੱਲਾਂ ਕਰਦਿਆਂ ਕਰਦਿਆਂ ਤੋਂ ਇੱਕ ਬੀਜੇਪੀ ਦਾ ਸਾਬਕਾ ਵਿਧਾਇਕ ਉੱਥੇ ਬੈਠਾ ਸੀ। ਉਹ ਹਰ ਗੱਲ 'ਚ दखਲ ਦਿੰਦਾ ਸੀ। ਅੰਨਾ ਨੇ ਦੋ ਵਾਰੀ ਆਖਿਆ ਵੀ ਕਿ ਹਮ ਬਾਤ ਕਰ ਰਹੇ ਹਾਂ ਅਮੇ ਕਰਨੇ ਦੋ। ਤੇ ਫਿਰ ਵਿੱਚ ਬੋਲਦਾ ਸੀ। ਜੀ। ਹੁਣ ਉਹ ਬੀਜੇਪੀ ਦੇ ਕੁਝ ਬੰਦੇ ਉੱਥੇ ਅੰਨਾ ਹਜਾਰੇ ਦੇ ਕੋਲ ਬੈਠੇ ਉਹਨਾਂ ਨੇ ਫਟਾਫਟ ਹੀ ਅੰਨਾ ਹਜਾਰੇ ਤੋਂ ਬਿਆਨ ਦਵਾਤਾ ਕਿ ਕੇਜਰੀਵਾਲ ਦੇ ਪ੍ਰਸ਼ਟਾਚਾਰ ਨੇ ਸਾਡੇ ਪ੍ਰਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਸੱਟ ਮਾਰੀ। ਇਹ ਜੇ ਬਹੁਤ ਦੀਆਂ ਗੱਲਾਂ। ਜੀ। ਪਤਾ ਨਹੀਂ ਕੱਲ੍ਹ ਨੂੰ ਕੀ ਬਣੇ ਹੋ ਸਕਦਾ ਕੇਜਰੀਵਾਲ 'ਚ ਨੁਕਸ ਨਿਕਲੇ ਹੋ ਸਕਦਾ ਨਾ ਨਿਕਲੇ। ਪਰ ਅਜੇ ਕੋਈ ਸ ਹੁਣ ਲਈ ਅਸੀਂ ਪੰਜਾਬ ਦੀ ਗੱਲ ਪੰਜਾਬ ਵਿੱਚ ਪਾਰਟੀ ਤੁਰੇ ਤੇ ਚੜਤ ਬੜੀ ਤੇਜ਼ੀ ਨਾਲ ਹੋਈ ਆnde ਸਾਰੇ 13 ਚੋਂ 4 ਪਾਰਲੀਮੈਂਟ ਸੀਟਾਂ ਜਿੱਤ ਗਏ ਜੀ ਤੇ 4 ਸੀਟਾਂ ਦੇ ਉੱਤੇ ਜਿੱਤ ਦੇ ਬਿਲਕੁਲ ਬਰੂਆਂ ਤੇ ਜਾ ਕੇ ਰੁਕੇ ਜੀ ਬਾਕੀ ਸੀਟਾਂ ਦੇ ਉੱਤੇ ਵੀ ਕਿਤੇ 1.5 ਲੱਖ ਕਿਤੇ 2 ਲੱਖ ਤੇ 2.5 ਲੱਖ ਵੋਟਾਂ ਪਈਆਂ ਵੋਟਾਂ ਵੱਲੋਂ ਤੇ ਘਟ ਨਹੀਂ ਅੰਮ੍ਰਿਤਸਰ ਵਿੱਚ ਹੀ ਥੋੜੀਆਂ ਇਹ ਘਟ ਪਈਆਂ ਸੀ ਬਾਕੀ ਤਾਂ ਬਹੁਤ ਪਈਆਂ ਜੀ ਹੁਣ ਸਥਿਤੀ ਇਹ ਆ ਕਿ ਦਿਲ ਦੇ ਟੁਕੜੇ ਹਜ਼ਾਰ ਹੋਏ 4 MP ਜਿੱਤੇ ਸਨ ਚੋਂ ਇੱਕ ਤਾਂ ਸਿੱਧੇ ਤੌਰ ਤੇ ਛੱਡ ਕੇ ਪਾਸੇ ਹੋ ਗਿਆ ਇੱਕ ਉਹਦੇ ਨਾਲ ਨਾ ਪਾਸੇ ਆ ਨਾ ਨਾਲ ਇੱਕ ਜਿਹੜਾ ਵਿਵਾਰ ਹੈ ਘਰ ਪਿਆ ਉਹ ਕਦੇ ਕਦੇ ਜਾਂਦਾ ਹੀ ਨਹੀਂ ਭਗਵੰਤ ਮਾਨ ਕੱਲਾ ਸਵਾ ਲੱਖ ਜੀ ਇਹ ਭਗਵੰਤ ਮਾਨ ਉਹ ਹੈ ਜਿਹੜਾ ਪੰਜਾਬ ਚੋ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਿਆ ਸੀ ਜੀ ਅਸੈਂਬਲੀ ਚੋਣਾਂ ਦੇ ਵਿੱਚ ਜਿੰਨੀ ਚੋਣ ਮੁਹਿੰਮ ਚੱਲੀ ਸਭ ਤੋਂ ਵੱਡਾ ਸਟਾਰ ਕੰਪੇਨਰ ਅਰਵਿੰਦ ਕੇਜਰੀਵਾਲ ਨਹੀਂ ਸੀ ਭਗਵੰਤ ਮਾਨ ਸੀ ਜਿਹੜਾ ਇੱਕ ਇੱਕ ਦਿਨ ਚ 16 16 18 18 ਰੈਲੀਆਂ ਵੀ ਕਰਦਾ ਰਿਹਾ ਜੀ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਤੋਂ ਵੱਧ ਕਰਦਾ ਰਿਹਾ ਪਰ ਦੂਜੀ ਗੱਲ ਇਹ ਆ ਕਿ ਦੋਸ਼ ਵੀ ਸਭ ਤੋਂ ਵੱਧ ਇਸੇ ਤੇ ਲੱਗਦੇ ਸੀ ਜੀ ਕੁਝ ਲੋਕ ਇਹ ਸਮਝਦੇ ਸੀ ਕਿ ਇਹਦੇ ਵਿੱਚ ਨੁਕਸ ਨੇ ਸ਼ਰਾਬ ਵਗੈਰਾ ਦਾ ਜ਼ਿਕਰ ਕਰਦੇ ਸੀ ਜੀ ਕੁਝ ਇਹ ਕਹਿੰਦੇ ਸੀ ਉਹ ਪੁਰਾਣੀਆਂ ਰਿਕਾਰਡਿੰਗ ਕੱਢ ਕੱਢ ਕੇ ਇਸ ਮੌਕੇ ਤੇ ਇਸ ਕਰਕੇ ਪੇਸ਼ ਕੀਤੀਆਂ ਜਾ ਰਹੀਆਂ ਕਿ ਭਗਵੰਤ ਮਾਨ ਆਪ ਵੀ ਗੱਲਾਂ-ਗੱਲਾਂ 'ਚ ਕਹਿ ਦਿੰਦਾ ਕਿ ਮੈਂ ਮੁੱਖ ਮੰਤਰੀ ਬਣ ਸਕਦਾ ਤੇ ਉਹਨੂੰ ਬਣਨ ਤੋਂ ਰੋਕਣ ਵਾਸਤੇ ਕੱਢਿਆ ਜਾ ਰਿਹਾ ਜੀ ਸਬਬ ਦੀ ਗੱਲ ਹੈ ਉਹ ਆਪਣੇ ਆਪ ਨੂੰ ਜਿੱਤਿਆ ਸਮਝਦਾ ਸੀ ਸਿਰੇ ਤੇ ਜਾ ਕੇ ਹਾਰ ਗਿਆ ਸੁਖਵੀਰ ਸਿੰਘ ਬਾਦਲ ਆਪਣਾ ਚਮਦਾ ਸਿੱਕਾ ਚਲਾ ਗਿਆ ਜਿੱਦਾਂ ਵੀ ਉਹਨੇ ਲੋਕਾਂ ਦੇ ਕਿਦਾਂ ਬੋੜੀ ਕੀਤੀ ਕਿਦਾਂ ਤਰਲਾ ਕੀਤਾ ਕਿਦਾਂ ਕਿਸ ਢੰਗ ਨਾਲ ਵੋਟਾਂ ਲਗੀਆਂ ਬਥੇਰੀਆਂ ਗੱਲਾਂ ਚੱਲਦੀਆਂ ਉਹਨੂੰ ਪਾਸੇ ਛੱਡੋ ਇਹ ਹਾਰ ਗਿਆ ਜੀ ਹਾਰਨ ਦੇ ਨਾਲ ਫਿਰ ਐਚਐਸ ਫੂਲਕਾ ਗਰੁੱਪ ਲੀਡਰ ਬਣਿਆ ਐਚਐਸ ਫੂਲਕਾ ਮਾੜਾ ਬੰਦਾ ਨਹੀਂ ਇਮਾਨਦਾਰੀ ਨਾਲ 1984 ਤੋਂ ਲੈ ਕੇ ਪੀੜਤਾਂ ਦੇ ਦਿੱਲੀ ਵਾਲਿਆਂ ਦੇ ਕੇਸ ਲੜਦਾ ਪਿਆ ਜੀ ਚੀਫ ਵਿਪ ਬਣਿਆ ਸੁਖਪਾਲ ਸਿੰਘ ਖਹਿਰਾ ਉਹਨੂੰ ਸੁਖਪਾਲ ਖਹਿਰਾ ਵੀ ਮਾੜਾ ਨਹੀਂ ਜਬਾਰ ਜ਼ਰੂਰ ਮਾੜੀ ਕਿੰਦੇ ਲੋਕੀ ਕਹਿੰਦੇ ਜੀ ਬੋਲਣ ਲੱਗਾ ਅੱਗਾ ਪਿੱਛਾ ਨਹੀਂ ਵੇਖਦਾ ਪਰ ਇੱਕ ਗੱਲ ਪੱਕੀ ਆ ਸੁਖਪਾਲ ਅੱਗੇ ਵੀ ਐਮਐਲਏ ਰਿਆ ਸੁਖਵਾਲ ਦੇ ਉੱਤੇ ਅੱਜ ਤੱਕ ਕਦੇ ਕਿਸੇ ਨੇ ਦਿਵਾਨੀ ਦਾ ਕ腐ਸ਼ਨ ਦਾ ਦੋਸ਼ ਤਾਂ ਨਹੀਂ ਲਾਇਆ ਜੀ ਇਹ ਸਾਰੇ ਜੇ ਮਿਲ ਕੇ ਚੱਲਣ ਭਗਵੰਤ ਮਾਨ ਦੇ ਉੱਤੇ ਵੀ ਸ਼ਰਾਬ ਦੇ ਦੋਸ਼ ਲਾਉਣ ਵਾਲੇ ਲਾਉਂਦੇ ਆ ਕ腐ਪਸ਼ਨ ਦਾ ਤੇ ਅਜੇ ਤੱਕ ਨਹੀਂ ਲੱਗਾ ਜੀ ਉਹਦਾ ਤਲਾਕ ਵੀ ਹੋ ਗਿਆ ਘਰਵਾਲੀ ਨਾਲ ਕੱਲਾ ਇੰਡੀਆ ਦੇ ਵਿੱਚ ਇਹਦੇ باوجود ਉਹਤੇ ਕਰੈਕਟਰ ਦਾ ਦੋਸ਼ ਤਾਂ ਨਹੀਂ ਲੱਗਾ ਜੀ ਹੁਣ ਵੀ ਇਹ ਮਿਲ ਕੇ ਚੱਲਣ ਤਾਂ ਠੀਕ ਆ ਪਰ ਜੇ ਹਾਲਤ ਇਹ ਆ ਕਿ ਦਿੱਲੀ ਚੋ ਅਜੇ ਇਸ ਵੇਲੇ ਤੱਕ ਸਾਡੇ ਕੋਲ ਜਿੰਨੀ ਖਬਰ ਆਈ ਉਹ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਦੀ ਪਾਰਟੀ ਦੀ ਕਮਾਂਡ ਸੌਂਪੀ ਜਾ ਰਹੀ ਹੈ ਜੀ ਦੂਸਰੇ ਨਾਂ ਵੀ ਆਉਂਦੇ ਰੇ ਫਲਾਣੇ ਫਲਾਣੇ ਜਿਹੜੇ ਉਹਨਾਂ ਨੂੰ ਨਾਲ ਲਿਆ ਜਾ ਰਿਹਾ ਤੇ ਨਾਲ ਇਹ ਵੀ ਖਬਰ ਆ ਗਈ ਹੈ ਕਿ ਸੁਖਪਾਲ ਸਿੰਘ ਖੈਰਾ ਨੇ ਚੀਫ ਵਿਪ ਤੋਂ ਅਸਤੀਫਾ ਦੇ ਦਿੱਤਾ ਜੀ ਦੇ ਦੇਤਾ ਹੋਵੇ ਤੇ ਮਾੜੀ ਗੱਲ ਐ ਇਹਨਾਂ ਨੂੰ ਮਿਲ ਕੇ ਪਾਰਟੀ ਚਲਾਉਣੀ ਚਾਹੀਦੀ ਐ ਕੁਝ ਗੱਲਾਂ ਤੇ મતਭੇਦ ਹੋ ਸਕਦੇ ਆ ਜੀ મતਭੇਦ ਹੁੰਦਿਆਂ ਵੀ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਸਮਝ ਕੇ ਚਲਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਤੇ ਭਰੋਸਾ ਬਹੁਤ ਕੀਤਾ ਸੀ ਇਹ ਠੀਕ ਐ ਕਿ ਆਸ ਸੀ ਆਹੀ 100 ਸੀਟਾਂ ਜਿੱਤ ਜਾਣੀਆਂ 100 ਨਹੀਂ ਜਿੱਤੇ ਉਹਦਾ ਅੱਧ ਵੀ ਨਹੀਂ ਜਿੱਤੇ ਅੱਧ ਦਾ ਅੱਧ ਵੀ ਨਹੀਂ ਜਿੱਤੇ ਜੀ 20 ਜਿੱਤੇ ਪਰ 20 ਜਿੱਤ ਕੇ ਵੀ 20 ਪਜਾਤੀ ਐ ਜਿਹੜੇ ਪੰਜਾਬ ਦੇ ਵਿੱਚ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੈ ਉਹਦੇ ਤੋਂ ਪੁਰਾਣੀ ਸਿਰਫ ਕਾਂਗਰਸ ਹੈ ਕਾਂਗਰਸ ਨੈਸ਼ਨਲ ਪਾਰਟੀ ਹੈ ਜੀ ਪੰਜਾਬ ਦੀ ਪਾਰਟੀ ਸਭ ਤੋਂ ਪੁਰਾਣੀ ਅਕਾਲੀ ਦਲ ਹੈ ਉਹਨੂੰ ਵੀ ਪਿੱਛੇ ਘੱਟ ਤੱਕੇ ਤੇ ਜੇ ਇਹ ਆਪੋਜੀਸ਼ਨ ਲੀਡਰ ਦਾ ਦਰਜਾ ਲੈ ਗਏ ਆ ਜੀ ਆਪੋਜੀਸ਼ਨ ਦੀ ਸਭ ਤੋਂ ਵੱਡੀ ਪਾਰਟੀ ਬਣ ਗਏ ਆ ਇਸ ਦਰਜੇ ਨੂੰ ਬਚਾਉਣਾ ਚਾਹੀਦਾ ਇਹਨਾਂ ਨੂੰ ਆਸਿਆ-ਪਾਸਿਆਂ ਤੋਂ ਖੋਰਾ ਲਾਉਣ ਵਾਲੇ ਟੱਕ ਲਾਉਣ ਵਾਲੇ ਬਹੁਤ ਹੈ ਜੇ ਇੱਕ ਵਾਰੀ ਇਹ ਦੇ ਵਿੱਚ ਫਸ ਗਏ ਤੇ ਲੋਕਾਂ ਦੇ ਮਨੋਂ ਲੱਤ ਜਾਣਗੇ ਪਾਰਟੀ ਨੂੰ ਬਚਾਉਣ ਵਾਸਤੇ ਯਤਨ ਕਰਨਾ ਚਾਹੀਦਾ ਬਿਲਕੁਕੁਲ ਸਮਾਂ ਹੋ ਰਿਹਾ ਇੱਕ ਹੋਰ ਬ੍ਰੇਕ ਤਾਂ ਸੀ ਪ੍ਰੋਗਰਾਮ ਦੀ ਆਖਰੀ ਘੜੀ ਵੱਲ ਵੱਧ ਰਹੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪ੍ਰਾਈਮੇਅਰ ਸ਼ਾਹ ਟੀਵੀ ਦੇ ਨਾਲ